ਸਾਡੀ ਬੇਨਤੀ ਆ ਜਿਹੜਾ ਸਾਹਮਣੇ ਫੁੱਟਪਾਥ ਹੈ ਤੇ ਮੋਮਬੱਤੀਆਂ ਰੱਖੋ ਮੇਰੇ ਵੀਰ, ਉਹਨੂੰ ਖਾਲੀ ਜਗ੍ਹਾ ਕਰੋ। ਜੇ ਤੁਸੀਂ ਖਲੋਤੇ ਰਹੋਗੇ ਪ੍ਰੈਸ ਨਹੀਂ ਕਮੈਂਟ ਕਰੋਗੇ। ਥੋੜਾ ਪਿੱਛੇ ਹੋ ਜਾਓ, ਥੋੜਾ ਪਿੱਛੇ ਹੋ ਜਾਓ, ਆਪ ਕਰਕੇ ਸਾਈਡ ਤੇ ਖਲੋਗੇ ਪਿੱਛੇ ਹੋ ਜਾਓ, ਦੇਖੋ ਸੀਨ ਵਧੀਆ ਬਣੂਗਾ। ਹਾਂਜੀ, ਜਿਹਨਾਂ ਨੂੰ ਮੋਮਬੱਤੀਆਂ ਚਾਹੀਦੀਆਂ ਹੋਰ ਲੈ ਲਓ ਤੇ ਇੱਥੋਂ ਸੱਜਦਾ ਹੋ ਜਾਊਗਾ। ਕੱਲੀ ਪ੍ਰੈਸ ਨੂੰ ਮੇਰੇ ਨੇੜੇ ਰਹਿਣ ਦਿਓ, ਨੇੜੇ ਨਾ ਆਓ, ਸਾਰਿਆਂ ਨੂੰ ਇੱਥੋਂ ਬੁਲਾ ਦਾਂਗੇ ਆਪਾਂ ਫੁੱਟਪਾਥ ਤੇ। ਹਾਂ, ਇਕੱਠੀ ਕਰ ਦਿੰਦੇ ਆਪਾਂ, ਬੋਲ ਦਿੰਦੇ। ਮੈਂ ਸੱਜ ਦੋ ਸ਼ਬਦ ਵੀ ਬੋਲ ਗਏ ਚੀਜ਼ ਦੇ ਪ੍ਰਤੀ। ਤੋ ਬੇਨਤੀ ਹੈ ਵੀ ਆਪ ਪਿੱਛੇ ਹੁੰਦੇ ਜਾਓ। ਇੱਕ ਲੈਣ ਸਿਰ ਮੋਮਬੱਤੀਆਂ ਦੀ, ਇਹ ਵੀ ਕਵਰ ਦੇਣ ਦਿਓ ਮੋਮਬੱਤੀਆਂ ਦੀ, ਦੇਖਿਓ ਇੱਥੋਂ ਕਿੱਡਾ ਵਧੀਆ ਸੀਨ ਲੱਗਦਾ। ਆਪ ਪਿੱਛੇ ਹੋ ਜਾਓ, ਆਪ ਪਿੱਛੇ ਹੋ ਜਾਓ। ਸ਼ਹੀਦ ਚੁੱਪ ਕਰਨ ਸਿੰਘ ਜੀ ਤੇ ਜਿਹੜੇ ਸਾਡੇ ਚਾਰ ਸ਼ਹੀਦ ਹੋਏ ਹੋਏ ਆ, ਉਹਨਾਂ ਸ਼ਹੀਦਾਂ ਨੂੰ ਸਮਰਪਿਤ ਸ਼ੰਭੂ ਬਾਰਡਰ ਦੇ ਉੱਤੇ ਅਸੀਂ ਕੈਂਡਲ ਮਾਰਚ ਕਰ ਰਹੇ ਹਾਂ। ਜਿੰਨੇ ਵਿੱਚੋਂ ਨਿਕਲ ਜਾਓ ਮੇਰੇ ਵੀ, ਮੇਰੀ ਵੀ ਇੱਕ ਡਿਸਿਪਲਿਨ ਖਾ ਲਓ, ਖਾਪੇ ਜਾ ਸੱਜੇ, ਠੀਕ ਆ। ਸੋ ਇਸ ਕਰਕੇ ਬੇਨਤੀ ਆ ਵੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਆਪਣਾ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਵਿੱਚ ਚੱਲ ਰਿਹਾ ਹੈਗਾ, ਤੋ ਉਹਨਾਂ ਦੀ ਸਮਰਪਿਤ ਇੱਕ ਵਾਰੀ ਲਾਈਨ ਵਿਖਾ ਦਿਓ। ਜਿਹੜੇ ਮੇਰੇ ਸਰਕਾਰ ਚੋਂ ਕਾਕੂ ਪ੍ਰੈਸ ਨੂੰ ਥੋੜ੍ਹਾ ਜਿਹਾ ਪਿੱਛੇ ਹੋ ਗਏ, ਇੱਕ ਵਾਰੀ ਲਾਈਨ ਕਲੀਅਰ ਮੋਮਬੱਤੀਆਂ ਦੀ ਦੇਖਿਆ, ਦੇਖੋ ਫੋਟੋ ਵੀ ਕਿੰਨੀ ਵਧੀਆ ਹੋ, ਠੀਕ ਹੈ। ਸਿੱਧੀ ਦੀ ਸਿੱਧੀ ਲੈ, ਸਭ ਤੋਂ ਪਹਿਲਾਂ ਜੀ ਜਿਹੜੇ ਜਿਹਨਾਂ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ, ਔਰ ਚਾਰ ਪੰਜ ਸਾਡੇ ਹੋਰ ਅੰਦੋਲਨ ਚ ਸ਼ਹੀਦ ਹੋਇਆ, ਜਾਂ ਇਹਦੋ ਪਹਿਲੋਂ ਦਿੱਲੀ ਦੇ ਜਿੰਨੇ ਵੀ ਅੰਦੋਲਨ ਹੈ, ਜਿੰਨੇ ਲਹਿਰਾਂ ਦੇ ਸ਼ਹੀਦ ਆ, ਉਹਨਾਂ ਦੀ ਯਾਦ ਵਿਚ ਅੱਜ ਸ਼ੰਭੂ ਤੇ ਖਨੌਰੀ ਬਾਰਡਰ ਤੇ ਅਸੀਂ ਕੈਂਡਲ ਮਾਰਚ ਕਰ ਰਹੇ ਹਾਂ। ਔਰ ਉਸ ਕੈਂਡਲ ਮਾਰਚ ਕਰਕੇ ਫਿਰ ਸਰਕਾਰ ਨੂੰ ਯਾਦ ਦਵਾ ਰਹੇ ਵੀ ਸਾਡੀਆਂ ਕਿੰਨੀਆਂ ਕੁ ਜਾਨਾਂ ਲੈਣੀਆਂ, ਤੁਸੀਂ ਸਾਡਾ MSP ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾ ਦਿਓ, ਤੁਸੀਂ ਸਮੁੱਚੇ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕਰ ਦਿਓ, ਤੁਸੀਂ ਜਿਹੜਾ ਵਾ ਇਹਦੋ ਗਾਹਾਂ ਸਾਡੇ ਸਾਰੇ ਕੇਸ ਵਾਪਸ ਲਾ ਦਿਓ, ਲਖੀਮਪੁਰ ਖਰੀਦਾ ਇਨਸਾਫ਼ ਸਾਨੂੰ ਦਵਾ ਦਿਓ, ਇਹਦੋ ਗਾਹਾਂ ਜਿਹੜਾ ਬਿਜਲੀ ਐਕਟ 2023 ਬਣਾਇਆ ਉਹਨੂੰ ਵਾਪਸ ਲਓ, ਪੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਬਾਹਰ ਕੱਢੋ, WTO ਦੇ ਵਿੱਚੋਂ ਖੇਤੀ ਸੈਕਟਰ ਨੂੰ ਬਾਹਰ ਕਰੋ। ਤੋ ਇਹਨਾਂ ਮੰਗਾਂ ਲਈ ਜਿਹੜਾ ਅੱਜ ਦਾ ਰੋਡ ਮਾਰਚ ਸੀਗਾ, ਤੋ ਮੈਨੂੰ ਜੇ ਜਗ੍ਹਾ ਦਓਗੇ ਤੁਹਾਨੂੰ ਸੀਨ ਹੋਰ ਵਧੀਆ ਕਰਾ ਕੇ ਦਿਖਾ ਲੂੰਗਾ। ਹਾਂ, ਜਿਹੜੀ ਸੰਵਿਧਾਨ ਦੀ 5ਵੀਂ ਧਾਰਾ ਵਾ ਉਹ ਵੀ